ਅੱਜ ਆਪਾਂ ਪੰਜਾਬ ਦੇ ਇੱਕ ਨੌਜਵਾਨ ਅਤੇ ਕਾਮਯਾਬ ਡੈਰੀ ਫਾਰਮਰ ਨੂੰ ਮਿਲਾਂਗੇ ਸੱਜਣੋ, ਜਿਹੜਾ ਇੰਨਾ ਕੁ ਕਾਮਯਾਬ ਡੈਰੀ ਫਾਰਮਰ ਆ, ਜਿਹੜਾ ਬਹੁਤ ਸੌਖੀ ਜ਼ਿੰਦਗੀ ਵੀ ਜਿਉਂ ਰਿਹਾ, ਵਧੀਆ ਕਮਾਈ ਵੀ ਕਰ ਰਿਹਾ, ਇੱਥੋਂ ਤੱਕ ਕਿ ਉਹਦੇ ਦੁੱਧ ਦੀ ਕੁਆਲਿਟੀ ਇੰਨੀ ਹੈ ਕਿ 35 ਲੱਖ ਰੁਪਏ ਦਾ ਪ੍ਰੋਜੈਕਟ ਉਹਨੂੰ ਨੈਸਲੇ ਡੈਰੀ ਨੇ ਗਿਫਟ ਕੀਤਾ। ਅਤੇ ਨੈਸਲੇ ਡੈਰੀ ਹੈ ਸੱਜਣੋ ਜਿਹਦੇ 'ਚੋਂ ਪਿਛਲੇ 13-14 ਸਾਲ ਤੋਂ ਜੁੜਿਆ ਹੋਇਆ। ਅਤੇ ਨੈਸਲੇ ਡੈਰੀ ਦਾ ਮਤਲਬ ਆ ਕੁਆਲਿਟੀ, ਅਤੇ ਦੁਨੀਆ ਪੱਧਰ ਦੀ ਕੁਆਲਿਟੀ। ਮਤਲਬ ਦੁੱਧ ਮਾੜਾ ਹੋਵੇ ਤਾਂ ਨੈਸਲੇ ਡੈਰੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਸੱਜਣੋ ਗਿਫਟ ਤਾਂ ਕੀ, ਦੁੱਧ ਵੀ ਨਹੀਂ ਖਰੀਦਦੀ। ਨੈਸਲੇ ਡੈਰੀ ਨਾਲ ਜੁੜਿਆ ਹੋਇਆ ਫਾਰਮਰ ਆ ਸੱਜਣੋ, ਅਤੇ ਆਪਾਂ ਉਹਦੀ ਅੱਜ ਕਾਮਯਾਬੀ 'ਤੇ ਗੱਲਬਾਤ ਕਰਾਂਗੇ। ਆਪਾਂ ਤੁਹਾਨੂੰ ਦੱਸਾਂਗੇ ਕਿ ਹਾਂ ਯਾਰ, ਜਿਵੇਂ ਗੱਲਾਂ ਫੈਲਾਈਆਂ ਜਾਂਦੀਆਂ, ਐਡੇ ਵੀ ਘਾਟੇ ਦਾ ਸੌਦਾ ਨਹੀਂ। ਜੇ ਸਹੀ ਬਰੀਡ, ਸਹੀ ਫੀਡ, ਸਹੀ ਕਿਸਾਨ, ਸਹੀ ਟਾਈਮ 'ਤੇ ਸਹੀ ਕੰਮ ਕਰਨ ਵਾਲਾ ਹੋਵੇ ਤਾਂ ਫਿਰ ਸੱਜਣੋ ਗਾਈਆਂ ਦਾ ਫਾਰਮ ਵੀ ਇੱਕ ਫਾਇਦੇ ਦਾ ਸੌਦਾ ਬਣ ਜਾਂਦਾ, ਇੱਜ਼ਤ ਦਾ ਸੌਦਾ ਬਣ ਜਾਂਦਾ। ਬਾਈ ਦੇ ਕੋਲ ਸੱਜਣੋ 50 ਲੀਟਰ ਦੀਆਂ ਗਾਵਾਂ ਤਾਂ ਆਮ ਆ, 70 ਲੀਟਰ ਵਾਲੀਆਂ ਗਾਵਾਂ ਵੀ ਸੱਜਣਾ ਹੈਗੀਆਂ। ਆ ਜਾਓ ਆਪਾਂ ਜੌਲ ਫਾਰਮ 'ਤੇ ਹਾਂ ਅਤੇ ਜੌਲ ਸਾਹਿਬ ਨਾਲ ਮੁਲਾਕਾਤ ਕਰਦੇ ਹਾਂ, ਬਾਕੀ ਦੀਆਂ ਗੱਲਾਂ ਉਹਨਾਂ ਨੇ ਆਪ ਹੀ ਦੱਸ ਦੇਣੀਆਂ ਤੁਹਾਨੂੰ। ਲੈ ਵੀ ਸੱਜਣੋ, ਸਭ ਤੋਂ ਪਹਿਲੀ ਗੱਲ ਪੰਜਾਬ ਦੇ ਨੌਜਵਾਨਾਂ ਲਈ, ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਫਿਕਰਮੰਦ ਲੋਕਾਂ ਲਈ ਇੱਕ ਬਹੁਤ ਖੁਸ਼ੀ ਵਾਲੀ ਆ ਕਿ ਸਾਡੇ ਨੌਜਵਾਨ ਮੁੰਡੇ ਯਾਰ ਫਾਰਮਿੰਗ ਕਰ ਰਹੇ ਆ, ਸੋਹਣੇ ਕੱਪੜੇ ਪਾ ਕੇ ਫਾਰਮਿੰਗ ਕਰ ਰਹੇ ਆ। ਮੇਰੇ ਨਾਲ ਬਾਈ ਸੁਖਵਿੰਦਰ ਜੌਲ ਸਾਹਿਬ ਆ, ਅਸੀਂ ਜੌਲ ਫਾਰਮ 'ਤੇ ਪਹੁੰਚੇ। ਬੜਾ ਪਿਆਰਾ ਫਾਰਮ ਆ ਬਾਈ ਹੁਣਾਂ ਦਾ ਬਣਿਆ ਹੋਇਆ, ਗਾਈਆਂ ਦੀ ਫਾਰਮਿੰਗ ਕਰਦੇ ਆ। ਆ ਜਾਓ ਮਾੜਾ ਜਿਹਾ ਇੱਧਰਲੇ ਪਾਸੇ ਆ ਜਾਓ ਸੁਖਵਿੰਦਰ। ਤੂੰ ਨੌਜਵਾਨ ਆ ਸੋਹਣਿਆ, ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਹ ਹੀ ਚੰਗੀ ਲੱਗੀ ਵੀ ਤੁਸੀਂ ਨੌਜਵਾਨ ਮੁੰਡਾ ਕੰਮ ਕਰ ਰਿਹਾ। ਜਿਵੇਂ ਲੋਕ ਕਹਿ ਰਹੇ ਆ ਕਿ ਪੰਜਾਬ 'ਚ ਕੰਮ ਹੈ ਨਹੀਂ, ਜੇ ਕਿਸੇ ਨੇ ਕਰਨਾ ਤਾਂ ਹੈਗਾ ਹੈਗਾ, ਹੈ ਨਾ। ਕਿੰਨੀਆਂ ਗਾਈਆਂ ਦਾ ਫਾਰਮ ਹੋਊਗਾ ਬਾਈ ਆਪਣਾ? ਇਹ ਆਪਣਾ 200 ਗਾਵਾਂ ਦਾ। 200 ਗਾਂ ਦਾ ਫਾਰਮ ਹੈ? ਕਿੰਨੇ ਚਿਰ ਤੋਂ ਕਰ ਰਹੇ ਤੁਸੀਂ ਕੰਮ? ਮੈਂ ਲਾਸਟ 14 ਸਾਲ ਹੋ ਗਿਆ। 14 ਸਾਲ ਮਤਲਬ ਉਮਰ ਹੋਊਗੀ 27 ਸਾਲ, 25-26 ਸਾਲ ਜੱਜਮੈਂਟ ਕਰ ਲਓ ਕਿੰਨੀ ਹੋਊਗੀ, ਇੰਨੀ ਕੁ ਹੋਊਗੀ। ਅਤੇ 14 ਸਾਲ ਦਾ ਮਤਲਬ ਤਾਂ, ਹਾਂਜੀ ਮੇਰੀ ਉਮਰ ਹੈਗੀ ਆ 33-34 ਦੀ ਆ। 33 ਅਤੇ 14 ਸਾਲ ਪਹਿਲਾਂ ਮਤਲਬ ਤੁਸੀਂ ਕੰਮ ਸ਼ੁਰੂ ਕਰਤਾ 15 ਸਾਲ ਪਹਿਲਾਂ, ਅਤੇ ਕਮਾਲ ਆ ਯਾਰ ਫਿਰ ਤਾਂ ਤੂੰ ਇੰਨੀ ਛੋਟੀ ਉਮਰ 'ਚ ਕਰਤਾ, ਹੈ ਨਾ। ਅੱਜ ਗਾਈਆਂ ਦੀ ਪ੍ਰੋਡਕਸ਼ਨ, ਗਾਈਆਂ ਦੀ ਖਰਚਾ ਕਿਵੇਂ ਲੱਗ ਰਿਹਾ? ਘਾਟੇ ਦਾ ਸੌਦਾ, ਫਾਇਦੇ ਦਾ ਸੌਦਾ ਕਿਵੇਂ ਹੈ? ਪੂਰਾ ਫਾਇਦੇ ਦਾ ਸੌਦਾ ਜੀ, ਘਾਟੇ ਦਾ ਸੌਦਾ ਹੈ। ਮਤਲਬ ਜੇ ਕੋਈ ਨੌਜਵਾਨ ਕੰਮ ਕਰਨਾ ਚਾਹੁੰਦਾ ਹੈ ਬਿਲਕੁਲ ਤਾਂ ਖੁਸ਼ੀ ਨਾਲ ਕਰ ਸਕਦਾ? ਬਿਲਕੁਲ ਜੀ, 100%। ਆ ਇੰਨਾ ਸੰਦ ਸੰਦੇੜਾ, ਆ ਸਾਰਾ ਸਿਸਟਮ ਕਿੰਨੇ ਚਿਰ 'ਚ ਖੜਾ ਹੋ ਗਿਆ ਸੀ? ਇਹ ਸਟੈਪ ਬਾਈ ਸਟੈਪ ਹੀ ਸਾਰਾ ਕੀਤਾ ਅਤੇ ਅੱਜ ਤੱਕ ਵੀ ਆਪਾਂ ਬਣਾਈ ਜਾਂਦੇ ਹਾਂ। ਬਣੀ ਜਾਂਦਾ, ਬਣਦਾ ਹੀ ਰਹਿਣਾ ਚਾਹੀਦਾ ਜੀ। ਕੋਈ ਇਕੱਠੀ ਇਨਵੈਸਟਮੈਂਟ ਨਹੀਂ ਕੀਤੀ ਹੈਗੀ, ਸਾਰਾ ਸਟੈਪ ਬਾਈ ਸਟੈਪ ਹੀ ਬਣਿਆ ਜੀ ਆਪਣਾ। ਵੀਰੇ ਜਿਵੇਂ ਗਾਵਾਂ ਦੀ ਸਿਹਤ ਬੜੀ ਚੰਗੀ ਆ, ਦੁੱਧ ਚੰਗਾ ਦੇ ਰਹੀਆਂ, ਤੁਹਾਨੂੰ ਫਾਇਦਾ ਹੋ ਰਿਹਾ, ਦੁੱਧ ਚੰਗਾ ਦੇ ਰਹੀਆਂ ਤਾਂ ਹੀ ਫਾਇਦਾ ਹੋ ਰਿਹਾ। ਬਿਲਕੁਲ, ਇਹਦੇ 'ਚ ਸਭ ਤੋਂ ਵੱਡਾ ਰੋਲ ਆ ਜਾਂਦਾ ਫੀਡ ਦਾ। ਹਾਂਜੀ, ਫੀਡ ਮਤਲਬ ਕਾਫੀ ਤਬਦੀਲੀਆਂ ਤੋਂ ਬਾਅਦ ਪਹੁੰਚੇ ਹੋਵੋਗੇ, ਹੁਣ ਕਿਹੜੀ ਫੀਡ 'ਤੇ ਖੜੇ ਆ? ਆਪਾਂ ਹੁਣ ਪਾ ਰਹੇ ਹਾਂ ਜੀ ਕੁਰਾਲ, ਕੁਰਾਲ ਕੁਰਾਲ ਬ੍ਰਾਂਡ ਪਾ ਰਹੇ ਹਾਂ। ਵੈਸੇ ਤਾਂ ਮੈਂ ਲਾਲ ਇਹਨਾਂ ਦਾ ਹੀ 13 ਸਾਲ ਤੋਂ ਯੂਜ਼ ਕਰ ਰਿਹਾ ਜੀ, 13 ਸਾਲ ਤੋਂ ਇਹਨਾਂ ਨਾਲ ਜੁੜਿਆ ਹੋਇਆ, ਪਰ ਹੁਣ ਇਹਨਾਂ ਨੇ ਜਿੱਦਾਂ ਨਾਮ ਚੇਂਜ ਕਰ ਦਿੱਤਾ ਹੈ, ਕੁਰਾਲ ਕਰ ਦਿੱਤਾ ਜੀ, ਅਤੇ ਫੁੱਲ ਰਿਜ਼ਲਟ ਆ ਜੀ। ਅੱਛਾ, ਪਹਿਲਾਂ ਤੋਂ ਇਹੀ ਵਰਤਦੇ? ਪਹਿਲਾਂ ਤੋਂ ਹੀ, ਮੈਨੂੰ 13 ਸਾਲ ਹੋ ਗਏ, 14 ਸਾਲ ਫਾਰਮ ਕਰਦੇ ਨੂੰ ਹੋ ਗਏ, 13 ਸਾਲ ਮੈਨੂੰ ਫੀਡ ਯੂਜ਼ ਕਰਦੇ ਨੂੰ ਹੋ ਗਿਆ। 13 ਸਾਲ ਹੋ ਗਏ, 13 ਸਾਲਾਂ ਦੇ ਵਿੱਚ ਸਾਰੀ ਕੈਟਾਗਰੀ ਦੀ ਫੀਡ ਮਿਲ ਜਾਂਦੀ ਹੈ ਤੁਹਾਨੂੰ? ਟੋਟਲ
ਇਹਨਾਂ ਨੇ ਹੁਣ ਸਟੀਮ ਪਲਾਂਟ ਲਾਇਆ ਹੋਇਆ, ਹੋ ਗਿਆ 2 ਸਾਲ ਜੀ। ਪਹਿਲਾਂ ਮੈਸ਼ ਬਣਦੀ ਸੀਗੀ ਜੀ, ਤੇ ਮਤਲਬ ਫੁੱਲ ਰਿਜ਼ਲਟ ਆ ਜੀ ਆਪਣੇ ਕੋਲ, 70 ਲੀਟਰ ਵਾਲੇ ਐਨੀਮਲ ਚੱਲਦੇ ਆ, ਇਹਨਾਂ ਦੀ ਫੀਡ ਨਾਲ ਹੀ ਸਾਰਾ ਕੁਝ ਚੱਲਦਾ। ਜਿਹੜਾ ਤੁਹਾਡੇ ਕੋਲ 70 ਲੀਟਰ ਵਾਲਾ, ਉਹ ਵੀ ਇਹੀ ਫੀਡ ਕਰ ਰਿਹਾ? ਇਹੀ ਫੀਡ ਹੈ ਜੀ ਸਾਰੀ, ਉਹ ਵੀ ਇਹੀ ਖਾ ਇਹੀ ਆ ਜੀ ਸਾਰੀ ਫੀਡ ਇਹਨਾਂ। ਮਤਲਬ ਜਦੋਂ ਕੋਈ ਜਾਨਵਰ ਜਿਵੇਂ ਗੱਬਣ ਹੈ, ਖਾਲੀ ਆ, ਡਰਾਈ ਆ, ਉਹ ਸਾਰੇ ਲਈ ਸਾਰੀ ਕੈਟਾਗਰੀ ਵਾਲੀ ਹੈਗੀ ਆ ਜੀ ਫੀਡ। 13 ਸਾਲਾਂ 'ਚ ਤਾਂ ਤੁਹਾਨੂੰ ਇਹ ਵੀ ਤਜਰਬਾ ਹੋ ਗਿਆ ਹੋਊਗਾ ਵੀ ਕੋਈ ਫੰਡਰ ਨਹੀਂ ਰਹਿ ਰਿਹਾ ਪਸ਼ੂ, ਰਿਪੀਟਰ ਨਹੀਂ ਹੋ ਰਿਹਾ ਜਾਂ ਸਾਰਾ ਕੁਛ ਸਹੀ? ਦੇਖੋ ਇਹ ਥੋੜ੍ਹੀਆਂ ਜਿਹੀਆਂ ਮਾਈਨਰ ਪ੍ਰੋਬਲਮਾਂ ਤਾਂ ਚੱਲਦੀਆਂ ਰਹਿੰਦੀਆਂ, ਉਹ ਤਾਂ ਨੋਰਮਲ ਆਉਣਗੀਆਂ। ਹਾਂਜੀ, ਅਤੇ ਜੇ ਆਪਾਂ ਨੂੰ ਮੰਨ ਲਓ ਇਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਉਦੋਂ ਹੀ ਪਿੱਛੇ ਸਟੈਪ ਕਰ ਲੈਣਾ ਜੀ ਇਸ ਚੀਜ਼ ਤੋਂ। ਆਪਾਂ ਨੂੰ ਜੇ ਰਿਜ਼ਲਟ ਹੀ ਨਹੀਂ ਮਿਲਦਾ, ਆਪਾਂ ਨੂੰ ਬੈਨੀਫਿਟ ਨਹੀਂ ਹੋ ਰਿਹਾ, ਜੇ ਉਹਦੇ ਨਾਲ ਆਪਾਂ ਇਸ ਨਾਲ ਸੰਤੁਸ਼ਟ ਹਾਂ ਸਾਰੇ ਕੁਛ ਨਾਲ ਵੀ ਆਪਣਾ ਠੀਕ ਹੈ, ਬਿਜ਼ਨਸ ਵਧੀਆ ਚੱਲ ਰਿਹਾ, ਗਰੋ ਕਰ ਰਿਹਾ, ਅਤੇ ਤਾਂ ਹੀ ਨਾਲ ਜੁੜੇ ਹੋਏ ਆ ਜੀ ਇੰਨੇ ਚਿਰ ਤੋਂ। ਹਾਂਜੀ, ਬਹੁਤ ਫੀਡ ਫੈਕਟਰੀਆਂ, ਇੱਕ ਥੋੜ੍ਹੋ ਆ ਜੀ। ਹਾਂ ਵੀ ਹਰੇਕ ਬੰਦਾ ਹੀ ਕਹਿੰਦਾ ਸਾਡੀ ਚੰਗੀ, ਸਾਡੀ ਆ ਮੇਰੇ ਕੋਲ ਕਿੰਨੇ ਆਉਂਦੇ ਜੀ, ਮੇਰੇ ਕੋਲ ਤਾਂ ਬਹੁਤ ਆਉਂਦੇ ਆ, ਸਾਡੀ ਫੀਡ ਯੂਜ਼ ਕਰੋ, ਸਾਡੀ ਕਰੋ ਜੀ। ਪਰ ਨਹੀਂ, ਮੈਂ ਲਾਸਟ 13 ਸਾਲ ਤੋਂ ਇਹੀ ਪਾਉਂਦਾ ਜੀ। ਮਤਲਬ ਇੱਕ ਆਪਾਂ ਕਹਿ ਸਕਦੇ ਵੀ ਇੱਕ ਕਿਸਾਨ ਦਾ, ਜਿਹੜਾ ਨੌਜਵਾਨ ਕਿਸਾਨ ਆ ਜਿਹੜਾ ਸਾਰਾ ਕੁਛ ਸਰਚ ਕਰਦਾ, ਹਾਂਜੀ ਹਾਂਜੀ, ਤਾਂ ਉਹਦੀ ਸਰਚ ਇੱਥੇ ਆ ਕੇ ਮੁੱਕ ਗਈ ਆ। ਹਾਂਜੀ ਹਾਂਜੀ, ਵਧੀਆ ਮੈਂ ਫਿਕਰ ਕਰਨ ਦੀ ਲੋੜ ਨਹੀਂ, ਸੈਟੀਸਫਾਈ ਆ ਜੀ, ਮੈਂ ਪੂਰਾ ਸੈਟੀਸਫਾਈ ਆ। ਠੀਕ ਆ, ਤੇ ਦੁੱਧ ਵੀ ਆਪਣੇ ਕੋਲ ਪੀਕ ਵਾਲੀਆਂ 70 ਵਾਲੀਆਂ ਹੈਗੀਆਂ? 70 ਵਾਲੀਆਂ, 50 ਵਾਲੀਆਂ ਤਾਂ ਨੋਰਮਲ ਆ ਜੀ ਆਪਣੇ ਕੋਲ, 50 ਵਾਲੀਆਂ ਨੋਰਮਲ। ਹਾਂਜੀ, ਮਤਲਬ ਚੰਗੀ ਬਰੀਡ ਤੇ ਚੰਗੀ ਫੀਡ, ਹਾਂਜੀ ਇਹ ਦੋ ਚੀਜ਼ਾਂ ਜ਼ਰੂਰੀ ਆ ਫਾਰਮ ਦੀ ਕਾਮਯਾਬੀ, ਫੀਡ ਤੇ ਮੈਨੇਜਮੈਂਟ। ਮੈਨੇਜਮੈਂਟ ਜੇ ਤੁਸੀਂ ਸਕਸੈਸ ਹੋਣਾ ਜੀ। ਬਹੁਤ ਧੰਨਵਾਦ ਬਾਈ, ਬਹੁਤ ਚੰਗਾ ਲੱਗਿਆ ਜੋ ਸਭ, ਤਰੱਕੀਆਂ ਕਰੋ ਅਗਲੇ ਯਾਰ ਨੂੰ, ਇਦੋਂ ਵੀ ਵੱਡਾ ਫਾਰਮ ਦੇਖੀਏ, ਘੋੜੀ ਵੀ ਰੱਖੀ ਫਿਰਦੇ ਆ, ਘੋੜਾ ਹੈ ਨਾ, ਹੁਣ ਹੀ ਲਿਆਂਦਾ ਛੋਟੇ ਬ੍ਰਦਰ ਨੂੰ ਸ਼ੌਂਕ। ਠੀਕ ਆ ਹਾਂ, ਨਹੀਂ ਨਹੀਂ ਸੋਹਣੇ ਸੰਦ ਸੰਦੇੜੇ, ਮੈਨੂੰ ਤਾਂ ਦੇਖ ਕੇ ਮਨ ਖੁਸ਼ ਹੋ ਗਿਆ ਯਾਰ, ਆ ਕੇ ਦਿਲ ਖੁਸ਼ ਹੋ ਗਿਆ ਵੀ ਜਿਹੜੇ ਹਿਸਾਬ ਨਾਲ ਤੁਹਾਡਾ ਸ਼ੈੱਡ ਸ਼ੁੱਡ ਪਾਇਆ ਹੋਇਆ, ਹਵਾਦਾਰ ਹੈ, ਅਤੇ ਮੱਖੀ ਮੱਛਰ ਇੱਥੇ ਕੋਈ ਨਹੀਂ ਗਾ, ਅਤੇ ਸਭ ਤੋਂ ਵੱਡੀ ਗੱਲ ਆ ਕਹਿੰਦੇ ਵੀ ਫਾਰਮ ਦੇ ਵਿੱਚ ਜਾਣਾ ਅਤੇ ਤੁਸੀਂ ਆਹ ਪਵਾ, ਅਤੇ ਆਹ ਜ਼ਰੂਰੀ ਹੈ ਫਿਰ? ਮਤਲਬ ਇਹ ਜ਼ਰੂਰੀ ਹੈ ਜੀ, ਹੁਣ ਤੁਸੀਂ ਕਿਸੇ ਹੋਰ ਫਾਰਮ ਤੋਂ ਜਾਂ ਕੋਈ ਵੀ ਕਿਤੋਂ ਬੰਦਾ ਆਉਂਦਾ, ਫਿਰ ਥੋੜ੍ਹਾ ਜਿਹਾ ਬੈਕਟੀਰੀਆ ਬੈਕਟੀਰੀਆ, ਬਾਕੀ ਆਪਾਂ ਜਿਹੜਾ ਜਿਹੜੇ 'ਚ ਚੱਲਣਾ ਇੱਥੇ ਆਪਣਾ ਆਹ ਪੱਠੇ ਪਾਉਣੇ, ਬਿਲਕੁਲ ਬਿਲਕੁਲ, ਸ਼ੂ ਕਵਰ ਤਾਂ ਚਾਹੀਦਾ ਹੀ ਹੈ। ਸਭ ਇੱਕ ਗੱਲ ਰਹਿ ਗਈ ਸੀ ਪੁੱਛਣ ਵਾਲੀ ਵੀ ਜਿਵੇਂ ਬਹੁਤ ਵਾਰ ਫੀਡ ਸਾਰਾ ਕੁਛ ਸਹੀ ਹੁੰਦਾ ਤਾਂ ਫੀਡ ਦੇ ਵਿੱਚ ਦੁੱਧ ਦੇ ਵਿੱਚ ਕੁਛ ਆਉਣ ਲੱਗ ਜਾਂਦਾ, ਮਤਲਬ ਸੈਂਪਲਾਂ ਦੇ ਵਿੱਚ ਉੱਲੀ ਆਉਣ ਲੱਗ ਜਾਂਦੀ ਆ ਬਹੁਤ ਵਾਰ, ਜਾਂ ਕਿਸੇ ਤਰ੍ਹਾਂ ਦੇ ਹੋਰ ਪ੍ਰੋਟੀਨ ਵਗੈਰਾ ਜਾਂ ਅਪਸੈਟ ਆਉਣ ਲੱਗ ਜਾਂਦੇ ਆ, ਹੈ ਨਾ, ਜਿਹਦੇ ਕਰਕੇ ਸੈਂਪਲ 'ਚ ਦੁੱਧ ਫੇਲ ਹੋ ਜਾਂਦਾ, ਪੀਣ ਯੋਗ ਨਹੀਂ ਹੁੰਦਾ। ਹਾਂਜੀ ਹਾਂਜੀ ਹਾਂਜੀ, ਮਤਲਬ ਇਹ ਦੁੱਧ ਟੈਸਟਿੰਗ ਵਗੈਰਾ ਕਰਾਈ ਕਦੋਂ? ਇਹ ਟੈਸਟਿੰਗ ਹੁੰਦੀ ਰਹਿੰਦੀ ਜੀ, ਟੈਸਟਿੰਗ ਤੋਂ ਬਿਨਾਂ ਚੱਕ ਹੀ ਨਹੀਂ ਹੁੰਦਾ ਦੁੱਧ ਸਾਡਾ, ਲਿਫਟ ਹੀ ਨਹੀਂ ਹੁੰਦਾ ਹੈਗਾ, ਕਿਉਂਕਿ ਅਸੀਂ ਦੁੱਧ ਸਾਰਾ ਨੈਸਲੇ ਨੂੰ ਲਿਫਟ ਕਰਦੇ ਹਾਂ। ਮਤਲਬ ਨੈਸਲੇ ਮਤਲਬ ਪਿਓਰਟੀ? ਪਿਓਰਟੀ ਹਾਂਜੀ, ਨੈਸਲੇ ਅਫਲਾਟੋਕਸਿਨ 'ਤੇ ਸਭ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਇੰਡੀਆ ਦੇ ਵਿੱਚ ਕੰਮ ਕਰਦੀ ਹੈ ਜੀ, ਅਤੇ ਨੈਸ ਅਫਲਾਟੋਕਸਿਨ ਦੀ ਦਿੱਕਤ ਸਾਨੂੰ ਵੈਸੇ ਨਹੀਂ ਆਉਂਦੀ ਹੈਗੀ। ਉਹ ਤਾਂ ਜੇ ਨੈਸਲੇ ਤਾਂ ਦੁੱਧ ਚੱਕੇ ਅਤੇ ਉੱਲੀ ਆ ਗਈ ਤਾਂ ਉਹਦੀ ਸੈਂਟਰ ਬੰਦ, ਅਤੇ ਨਾਲ ਦੀ ਨਾਲ ਸਾਰਾ ਕੁਛ ਹੀ ਤੁਹਾਡਾ ਦੁੱਧ ਡੋਲ ਦੇਣਾ ਉਹਨਾਂ ਨੇ, ਹੈ ਨਾ। ਹਾਂਜੀ ਹਾਂਜੀ, ਅਫਲਾਟੋਕਸਿਨ ਦੀ ਨਹੀਂ ਸਮੱਸਿਆ ਆਉਂਦੀ। ਹਾਂ, ਮਤਲਬ ਤੁਹਾਨੂੰ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ, ਉਹ ਤੋਂ ਮੈਂ ਦੇਖਿਆ ਨਾ ਵੀ ਕਿਤੇ ਐਂਟੀਬਾਇਓਟਿਕ ਆ ਗਿਆ ਮਾੜਾ, ਜਾਂ ਕਿਤੇ ਦੁੱਧ ਦੇ ਵਿੱਚ, ਅਤੇ ਜਾਂ ਕਿਤੇ ਮਾੜੀ ਜਿਹੀ ਉੱਲੀ ਆ ਗਈ ਅਤੇ ਉਹਨਾਂ ਨੇ ਕਹਿਣਾ ਭਾਈ ਆਉਣਗੇ ਤੁਹਾਡੇ ਆ ਕੇ ਖਾਣਾ ਚੇਂਜ ਕਰਾਉਣਗੇ ਸਾਰਾ ਕੁਛ ਖਾਣਗੇ, ਚੱਕਦੇ ਨਹੀਂ ਹੈਗੇ ਦੁੱਧ। ਹਾਂ, ਤੁਸੀਂ ਫਿਰ ਤੁਹਾਨੂੰ ਆਪਣਾ ਅਰੇਂਜਮੈਂਟ ਕਰਨਾ ਪਊਗਾ ਕਿੱਥੇ ਪਾਉਣਾ ਅਸੀਂ। ਮਤਲਬ ਇਹ ਤਾਂ ਗੱਲ ਹੈਗੀ ਆ ਕਿ ਨੈਸਲੇ ਦੇ ਵਿੱਚ ਦੁੱਧ ਜਾ ਰਿਹਾ ਤਾਂ ਇਹਦਾ ਮਤਲਬ ਤੁਹਾਡੇ ਦੁੱਧ 'ਤੇ ਹੈਲਦੀ ਹੋਣ ਦੀ ਮੋਹਰ ਲੱਗ ਗਈ। ਹਾਂਜੀ ਹਾਂਜੀ, ਕਿਉਂ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਵੇਰਕਾ ਨੂੰ ਵੀ ਪਾਇਆ, ਹੋਰ ਵੀ ਪਾਇਆ, ਪਰ ਜਿੰਨੀ ਚੈਕਿੰਗ ਨੈਸਲੇ ਜਾਂ ਕਿਤੇ, ਨੈਸਲੇ ਵੀਰੇ ਵਿਸ਼ਵ ਮੰਡੀ ਦਾ ਇੱਕ ਵੱਡਾ
ਪਲੇਅਰ ਆ ਜਿਹੜਾ ਵਿਸ਼ਵ ਮੰਡੀ ਨੂੰ ਕਰਦਾ ਟੈਕਲ ਕਰਦਾ, ਤਾਂ ਉਹਦੀ ਕੁਆਲਿਟੀ ਨੂੰ ਕੋਈ ਮੈਚ ਨਹੀਂ ਕਰਦਾ, ਉਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅਤੇ ਬਹੁਤ ਫਿਰ ਤਾਂ ਕਮਾਲ ਹੋ ਗਈ ਆ, ਫਿਰ ਤਾਂ ਫੀਡ ਵਾਲਿਆਂ ਨੂੰ ਮਿਲਦੇ ਆ, ਜਾ ਕੇ ਦੇਖਦੇ ਆ ਇਹਨਾਂ ਨੇ ਕੀ ਕੀ ਪਾਉਂਦੇ, ਕਿਵੇਂ ਕਿਵੇਂ ਪਾਉਂਦੇ। ਵੈਸੇ ਨੈਸਲੇ ਦੀ ਮੋਹਰ ਮੇਰੇ ਹਿਸਾਬ ਨਾਲ ਵੱਡੀ ਆ। ਹਾਂਜੀ ਹਾਂਜੀ, ਨਹੀਂ ਬਿਲਕੁਲ ਜੀ, ਨੈਸਲੇ ਦੀ ਵੀ ਵੱਡੀ ਆ। ਫਾਰਮਰ ਨੇ ਵੀ ਜਿਹੜਾ ਵੀ ਯੂਜ਼ ਕਰਦਾ ਜੀ, ਉਹਨੇ ਸਾਰਾ ਕੁਛ ਪਤਾ ਹੀ ਆ। ਮੰਨ ਲਓ ਇੱਥੇ ਤੁਸੀਂ ਖੜ੍ਹੇ ਆ ਫਾਰਮ ਦੇ ਵਿੱਚ, ਆਪਾਂ ਮੰਨ ਲਓ ਐਨੀਮਲਾਂ ਦਾ ਬੀ ਸੀ ਐੱਸ ਦੇਖਦੇ ਹਾਂ, ਬੋਡੀ ਸਟਰਕਚਰ, ਜਾਂ ਇਹਨਾਂ ਦੀ ਪ੍ਰੋਡਕਟੀਵਿਟੀ ਦੇਖਦੇ ਹਾਂ, ਜਾਂ ਪ੍ਰੋਡਕਸ਼ਨ ਕੁਛ ਵੀ ਦੇਖਦੇ ਹਾਂ, ਸਾਰੇ ਪਾਸਿਓਂ ਓਕੇ ਰਿਪੋਰਟ ਆਪਾਂ ਨੂੰ ਮਿਲਦੀ ਆ ਜੀ, ਫਿਰ ਹੀ ਆਪਾਂ ਕਿਸੇ ਨਾਲ ਕੋਈ ਅਟੈਚ ਹੁੰਦੇ ਆ, ਨਹੀਂ ਤਾਂ ਅਦਰਵਾਈਜ਼ ਜੇ ਆਪਾਂ ਨੂੰ ਲੋਸ ਆਉਂਦਾ ਤਾਂ ਆਪਾਂ ਇੱਕ ਮਿੰਟ ਨਹੀਂ ਲਾਉਣਾ ਜੀ। ਯਾਰ ਸਾਲ ਦੋ ਸਾਲ ਬੰਦਾ ਧੱਕੇ ਨਾਲ ਰਿਸ਼ਤੇਦਾਰ ਨਾਲ ਵਰਤ ਲਓ, ਬਿਲਕੁਲ ਮੁੜ ਕੇ ਤਾਂ ਦੋ ਸਾਲ ਬਾਅਦ ਅਗਲਾ ਆਉਂਦਾ ਯਾਰ ਅਸੀਂ ਮਰਨਾ ਤੇਰੀ ਗੜੋਂ, ਤੇਰੀ ਖਾਤਰ ਉੱਜੜਨਾ ਥੋੜੋ ਆ, ਬਿਲਕੁਲ ਹਨਾ। ਤਾਂ ਫਿਰ ਬੰਦਾ ਜਵਾਬ ਦੇ ਦੂ, ਜਵਾਬ ਦੇ ਦੂ, ਸਕੇ ਭਾਈ ਨੂੰ ਜਵਾਬ ਦੇ ਦੂ। ਬਿਲਕੁਲ ਜੀ ਬਿਲਕੁਲ, ਹਰ ਕੋਈ ਬੈਨੀਫਿਟ ਲਈ ਤੁਰਿਆ ਫਿਰਦਾ ਜੀ, ਕੋਈ ਵੀ ਬਿਜ਼ਨਸ ਕਰਦੇ ਆ ਬੈਨੀਫਿਟ ਲਈ ਕਰਦੇ ਆ। ਹਾਂ ਤੇ ਵਾਕਈ ਲੈ ਵੀ ਹੁਣ ਆਪਾਂ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਇੱਕ ਫਾਰਮਰ ਨੇ ਕਾਮਯਾਬੀ ਦੀ ਅਤੇ ਨੈਸਲੇ ਨੇ ਕੁਆਲਿਟੀ ਦੀ, ਦੋ ਚੀਜ਼ਾਂ ਦੀ ਮੋਹਰ ਲੱਗ ਗਈ ਆ। ਹੁਣ ਆਪਾਂ ਤੀਸਰੀ ਮੋਹਰ ਲਵਾਉਂਦੇ ਹਾਂ ਜਾ ਕੇ ਕਿ ਕਿਵੇਂ ਬਣਦੀ ਆ ਫੀਡ। ਨੰਬਰ 2 'ਤੇ ਆਪਾਂ ਚੱਲਦੇ ਹਾਂ ਫੈਕਟਰੀ 'ਚ, ਉੱਥੇ ਜਾ ਕੇ ਆਪਾਂ ਕਿੰਨੀ ਕਿਹੜੀ ਕਿਹੜੀਆਂ ਚੀਜ਼ਾਂ ਵਾਸਤੇ, ਕਿਹੜੇ ਕਿਹੜੇ ਪਸ਼ੂਆਂ ਵਾਸਤੇ ਕਿੰਨੀ ਕਿੰਨੀ ਫੀਡ ਆ ਜਿਹੜੀ ਉਹ ਲੈ ਵੀ ਸਜਣੋ। ਫੈਕਟਰੀ ਜਾਣ ਤੋਂ ਪਹਿਲਾਂ ਨਾ ਅਸਲ ਦੇ ਵਿੱਚ ਮੇਰਾ ਮਨ ਕੀਤਾ, ਮੈਨੂੰ ਪਤਾ ਲੱਗਿਆ ਕਿ ਇਸ ਫੈਕਟਰੀ ਵਾਲਿਆਂ ਦਾ ਨਾ ਫਾਰਮ ਆ ਆਪਣਾ, ਨੈਸਲੇ ਦੇ ਫਾਰਮਰ ਆ ਇਹ, ਅਤੇ ਨਾਲ ਦੀ ਨਾਲ ਆਪ ਗਾਈਆਂ ਦਾ ਕੰਮ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਨੂੰ ਕਿਸਾਨ ਤੋਂ ਤੁਹਾਡਾ ਰਿਵਿਊ ਮੈਨੂੰ ਚੰਗਾ ਮਿਲਿਆ, ਬਹੁਤ ਚੰਗਾ ਮਿਲਿਆ ਜੀ ਜੀ ਜੀ। ਤਾਂ ਮੈਨੂੰ ਇਉਂ ਦੱਸੋ ਵੀ ਤੁਸੀਂ ਕਿੰਨੇ ਚਿਰ ਤੋਂ ਕੰਮ ਕਰਦੇ ਆ ਗਾਈਆਂ ਦਾ? ਅਸੀਂ 2005 ਤੋਂ ਸ਼ੁਰੂ ਕੀਤਾ ਸੀ ਜੀ। ਮਤਲਬ ਆਹ ਫਾਰਮ ਆ ਜਿਹੜਾ 2005 'ਚ ਸ਼ੁਰੂ ਹੋ ਗਿਆ, ਡਿਵੈਲਪ ਹੋ ਗਿਆ? ਹਾਂਜੀ ਹਾਂਜੀ, ਹੋਣਾ ਸ਼ੁਰੂ ਹੋ ਗਿਆ। ਹਾਂਜੀ, ਅਤੇ ਤਾਂ ਗਾਈਆਂ ਤੋਂ ਸ਼ੁਰੂ ਕੀਤਾ ਸੀ ਜੀ। ਫਿਰ ਆਪਣੇ ਲਈ ਫੀਡ ਬਣਾਈ? ਹਾਂਜੀ। ਉਹ ਫੀਡ ਕਾਮਯਾਬ ਹੋ ਗਈ, ਫਿਰ ਲੋਕਾਂ ਨੂੰ ਦੇਣੀ ਸ਼ੁਰੂ ਕਰਤੀ? ਪਹਿਲਾਂ ਅਸੀਂ ਹੋਰ ਫੈਕਟਰੀ 'ਚੋਂ ਲੈਂਦੇ ਹੁੰਦੇ ਸੀ ਫੀਡ ਜੀ, ਫਿਰ ਉੱਥੋਂ ਦੇਖ ਕੇ ਸਾਡੇ ਮਨ ਨੂੰ ਇਹ ਹੋਇਆ ਵੀ ਅਸੀਂ ਆਪਦੀ ਹੀ ਫੀਡ ਤਿਆਰੀ ਸ਼ੁਰੂ ਕਰੀਏ। ਫਿਰ ਅਸੀਂ 2006 'ਚ ਸ਼ੁਰੂ ਕੀਤੀ ਅਸੀਂ। ਵੀ ਜਦੋਂ ਆਪਾਂ ਖਰੀਦਦੇ ਹਾਂ ਉਹ ਮਹਿੰਗੀ ਪੈਂਦੀ ਆ, ਫਿਰ ਸੋਚਿਆ ਕਿ ਆਪਣੀ ਬਣਾਓ, ਤਸੱਲੀ ਆ ਜੀ 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 ਜੀ, ਵਧੀਆ ਹੈ, ਉੱਲੀ ਰਹਿਤਾ ਤਾਂ ਆਪਣੀ ਬਣਾ ਲਈ, ਆਪਣੀ ਕਾਮਯਾਬ ਹੋ ਗਈ ਤਾਂ ਲੋਕਾਂ ਨੂੰ ਦੇਣੀ ਸ਼ੁਰੂ ਕਰਦੇ। ਮਤਲਬ ਸੌਖੀ ਜੀ ਗੱਲ ਇਹ ਐਂ ਹੋ ਗਿਆ। ਹਾਂਜੀ ਹਾਂਜੀ। ਮਤਲਬ ਬਾਈ ਫਾਰਮਰ ਨੂੰ ਕੀ ਕਹਿਣਾ ਚਾਹੋਗੇ ਫੀਡ ਬਾਰੇ? ਤੁਸੀਂ ਆਪਣੇ ਤੌਰ 'ਤੇ ਹੁਣ ਆਪਾਂ ਵੇਚਣੀ, ਆਪਾਂ ਤਾਂ ਕਹਾਂਗੇ ਬਹੁਤ ਵਧੀਆ ਜੀ ਜੀ ਜੀ, ਪਰ ਇੱਕ ਹੁੰਦੀ ਆ ਕੋਈ ਗੱਲਬਾਤ ਹੁੰਦੀ ਆ ਵੀ ਜਿਹੜੀ ਅਗਲੇ ਨੂੰ ਕਲਿੱਕ ਕਰ ਜਾਂਦੀ ਆ ਵੀ ਹਾਂ ਯਾਰ ਸਾਡਾ ਇੱਕ ਪਸ਼ੂ ਅਡੋਪਟ ਕਰ ਲਓ, ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਤਜਰਬੇ ਤੋਂ? ਦੇਖੋ ਜਿਹੜੀ ਮਾਰਕੀਟ 'ਚ ਫੀਡ ਜਾਂਦੀ ਆ, ਪਹਿਲਾਂ ਸਭ ਤੋਂ ਪਹਿਲਾਂ ਅਸੀਂ ਆਪਦੇ ਫਾਰਮ 'ਤੇ ਟੈਸਟ ਕਰਦੇ ਹਾਂ। ਟੈਸਟਿੰਗ ਇਹ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਰਿਸਰਚ ਸੈਂਟਰ ਹੈ? ਹਾਂ ਜੀ 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 ਜੀ, ਇਹ ਫਾਰਮ ਰਿਸਰਚ ਸੈਂਟਰ। ਹਾਂ, ਇੱਥੇ ਅਸੀਂ ਟੈਸਟ ਕਰਦੇ ਹਾਂ। ਨੈਸਲੇ ਨੂੰ ਦੁੱਧ ਜਾਂਦਾ ਵਾ, ਨੈਸਲੇ ਤੁਹਾਨੂੰ ਪਤਾ ਉਹ ਮਾਰਕੀਟ ਦੇ ਵਿੱਚ ਬਹੁਤ ਇੱਕ ਨੰਬਰ 'ਤੇ ਆ ਜੀ। ਹਾਂ, ਉਹ ਉੱਲੀ ਜੋ ਵੀ ਫੰਗਸ ਸਾਰਾ ਟੈਸਟ ਕਰਕੇ ਫਿਰ ਦੁੱਧ ਲੈਂਦੀ, ਫਿਰ ਦੁੱਧ ਲੈਂਦਾ, ਫਿਰ ਦੁੱਧ ਲੈਂਦੀ ਆ ਜੀ। ਅਤੇ ਅਸੀਂ ਉਦੋਂ ਦੇ ਜੁੜੋ ਵੀ ਨੈਸਲੇ ਦੇ ਨਾਲ ਹੀ ਆ, ਜਦੋਂ ਦਾ ਅਸੀਂ ਫਾਰਮ ਸ਼ੁਰੂ ਕੀਤਾ ਜੀ ਉਦੋਂ ਦੇ ਹੀ ਨੈਸਲੇ ਨੇ ਨਾਲ। ਮਤਲਬ ਜਿੱਦੇ ਦੁੱਧ ਦੇ ਵਿੱਚ ਕੁਆਲਿਟੀ ਮਾੜੀ ਆਈ ਤਾਂ ਨੈਸਲੇ ਨੇ ਆਪਣਾ ਸੈਂਟਰ ਬੰਦ ਕਰ ਦੇਣਾ? ਬੰਦ ਕਰ ਦੇਣਾ ਜੀ ਜੀ। ਮਤਲਬ ਬਾਈ ਨੈਸਲੇ ਵਧੀਆ ਕੁਆਲਿਟੀ ਦਾ ਹੀ ਲੈਂਦੀ ਆ ਦੁੱਧ? ਜੀ 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 ਜੀ। ਕੀ ਕਹਿਣਾ ਚਾਹੋਗੇ ਬਾਈ ਕਾਕਾ ਨੂੰ ਸਪੈਸ਼ਲੀ ਆਪਣੀ ਫੀਡ ਬਾਰੇ, ਜੇ ਥੋੜ੍ਹੇ ਜਿਹੇ ਸ਼ਬਦਾਂ 'ਚ ਜੇ ਕੋਈ ਐਕਸਪਲੇਨ ਕਰਨਾ ਹੋਵੇ ਆਪਾਂ ਫੀਡ ਨੂੰ? ਦੇਖੋ ਜੀ, ਫਾਰਮਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਤੁਸੀਂ ਜੇ ਤੁਹਾਡੇ ਕੋਲ 10 ਪਸ਼ੂ ਆ ਜੀ, ਅਤੇ 10 ਪਸ਼ੂਆਂ 'ਚੋਂ ਤੁਸੀਂ ਸਾਨੂੰ ਇੱਕ ਪਸ਼ੂ ਦੀ ਫੀਡ ਸਾਡੇ ਕੋਲ ਵਰਤਣੀ ਸ਼ੁਰੂ ਕਰ ਦਿਓ ਜੀ, ਸਭ ਤੋਂ ਜਿਹੜਾ ਤੁਹਾਡੇ ਫਾਰਮਰ 'ਚ ਹੋਊਗਾ ਵੀ ਇਹ ਮਾੜਾ ਪਸ਼ੂ, ਵੀ ਸਾਨੂੰ ਇਹ ਮਤਲਬ ਕਹਿ ਲਓ ਵੀ ਫਾਇਦਾ ਨਹੀਂ ਦੇ ਰਿਹਾ, ਫਾਇਦਾ ਨਹੀਂ ਦੇ ਰਿਹਾ, ਤੁਸੀਂ ਉਹ
ਸਾਡੀ ਫੀਡ ਉੱਤੇ ਵਰਤ ਕੇ ਦੇਖੋ ਜੀ, ਰਿਜ਼ਲਟ ਮਿਲਿਆ ਦੂਸਰਿਆਂ ਨੂੰ ਪਾ ਲਿਓ, ਨਾ ਮਿਲਿਆ ਤੇ ਫਿਰ ਹਾਂ ਉਹ ਪਤਾ ਹੀ ਆ। ਹਾਂਜੀ ਹਾਂਜੀ ਵੀ ਮਤਲਬ ਕਹਿਣ ਤੋਂ ਭਾਵ ਵੀ ਉਹ ਬੰਦਾ ਤੁਹਾਡੀ ਫੀਡ ਲਿਜਾਵੇ ਜੀ ਜੀ, ਉਹਦੀ ਕੈਲਕੂਲੇਸ਼ਨ ਕੱਢੇ ਪਸ਼ੂ ਦੀ। ਹਾਂਜੀ ਜੇ ਉਹ ਕੈਲਕੂਲੇਸ਼ਨ ਦੇ ਮੁਤਾਬਕ ਉਹਦੀ ਸਿਹਤ, ਉਹਦੀ ਦੁੱਧ ਦੀ ਮਤਲਬ ਉਹਦਾ ਪ੍ਰੋਡਕਸ਼ਨ ਜੀ 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 ਅਤੇ ਉਹਦਾ ਖਰਚਾ ਉਹਨੂੰ ਕੈਲਕੂਲੇਟ ਕਰੇ, ਜੇ ਉਹ ਨਫੇ 'ਚ ਗਿਆ ਤਾਂ ਫੀਡ ਰੱਖ ਲੇ, ਫੀਡ ਰੱਖ ਲੇ, ਜੇ ਉਹ ਫੇਲ ਆ ਤਾਂ ਫਿਰ ਤਾਂ ਪਸ਼ੂ ਵੀ ਵੇਚਣਾ ਤੇ ਫੀਡ ਵੀ, ਫੀਡ ਵੀ ਜੀ ਕਿਹਨੇ ਖਰੀਦਣੀ। ਸੱਚੀ ਗੱਲ ਸਿੱਧੀ ਗੱਲ ਇਹ ਆ, ਮੈਂ ਆਮ ਤੌਰ 'ਤੇ ਨੈਸਲੇ ਬਾਰੇ ਵੀ ਇੱਕ ਗੱਲ ਕਹਿੰਦਾ ਹੁੰਦਾ ਕਿ ਕਾਰਪੋਰੇਟ ਘੈਂਟ ਕਾਰਪੋਰੇਟ ਨੈਸਲੇ ਪਤਾ ਕਾਹਤੋਂ ਆ, ਕਿਉਂਕਿ ਫਾਰਮਰ ਨੂੰ ਨਹੀਂ ਮਾਰਦਾ। ਜਿਹੜਾ ਸਹੀ ਫੀਡ ਵਾਲਾ ਹੋਊਗਾ ਉਹ ਵੀ ਕਦੇ ਆਪਦੇ ਫਾਰਮਰ ਨੂੰ ਨਹੀਂ ਮਾਰੂਗਾ, ਕਿਉਂਕਿ ਉਹਦਾ ਫਾਰਮਰ ਜ਼ਿਆਦਾ ਗਾਈਆਂ ਰੱਖੂਗਾ ਤਾਂ ਹੀ ਜ਼ਿਆਦਾ ਵਧੂਗਾ, ਉਹਦੀ ਫੀਡ ਜ਼ਿਆਦਾ ਵਿਕੂਗੀ। ਜੇ ਹੁਣ ਅਸੀਂ ਫਾਰਮ ਹੀ ਵਿਕਾਉਣ 'ਤੇ ਆ ਗਏ ਤਾਂ ਫਿਰ ਫੀਡਾਂ ਕਾਹਦੀਆਂ ਵਿਕਣੀਆਂ, ਹੈ ਨਾ। ਤਾਂ ਇਹ ਸਭ ਤੋਂ ਮਤਲਬ ਜਿਹੜਾ ਸਹੀ ਫਾਰਮਰ ਹੈ, ਜਿਹੜਾ ਖੁਦ ਫਾਰਮਰ ਹੈ ਅਤੇ ਜਿਹੜਾ ਸਹੀ ਕਾਰਪੋਰੇਟ ਹੈ, ਫਾਰਮਰ ਕਾਰਪੋਰੇਟ ਆਪਾਂ ਕਹਿ ਸਕਦੇ ਇਹਨਾਂ ਨੂੰ, ਤਾਂ ਇਹਨਾਂ ਦੀ ਸੋਚ ਇਹ ਆ ਕਿ ਭਾਈ ਫਾਰਮਰ ਵਧਣੇ ਚਾਹੀਦੇ ਆ, ਫਾਰਮ ਵਧਣੇ ਚਾਹੀਦੇ ਆ, ਤਾਂ ਫਿਰ ਸਾਡੀ ਫੀਡ ਵਧੂ। ਅਤੇ ਇਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆਪਾਂ। ਥੋੜ੍ਹਾ ਜਿਹਾ ਫੀਡ ਫੈਕਟਰੀ ਦੇ ਵਿੱਚ ਵੀ ਜਾਂਦੇ ਹਾਂ, ਉਹਦੇ ਵੀ ਤੁਹਾਨੂੰ ਸੀਨ ਆ ਜਿਹੜੇ ਉਹ ਦਿਖਾ ਦਿੰਦੇ ਹਾਂ। ਉਹ ਵੀ ਸੱਜਣੋ ਆਪਣੇ ਨਾ ਪ੍ਰੋਡਕਟ ਮੈਨੇਜਰ ਸਾਹਿਬ ਅਰਸ਼ ਬਾਈ ਹੈ, ਮੁੰਡਾ ਨਵੀਂ ਉਮਰ ਦਾ ਅਤੇ ਨਵੀਂ ਉਮਰ ਦੇ ਬੰਦੇ ਦੇ ਵਿੱਚ ਤਜਰਬੇ ਕਰਨ ਦੀ ਤਾਕਤ ਅਤੇ ਜੋਸ਼ ਬਹੁਤ ਹੁੰਦਾ, ਤਾਂ ਆਪਾਂ ਕਹਿ ਸਕਦੇ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਮੁੰਡਾ ਪੜ੍ਹਿਆ ਲਿਖਿਆ। ਅਰਸ਼ ਬਾਈ ਕਿੰਨੇ ਪ੍ਰੋਡਕਟ ਆ ਪਹਿਲਾਂ ਤਾਂ ਤੁਹਾਡੇ ਕੋਲ? ਮਿਲਕਿੰਗ ਦੇ ਵਿੱਚ 3 ਪ੍ਰੋਡਕਟ ਆ। ਠੀਕ ਹੈ ਜੀ। ਡੈਰੀ ਪਾਵਰ 8,000 ਅਤੇ ਆਪਣਾ 10,000। ਇਹ ਕਿਵੇਂ ਕਿਵੇਂ ਅਲੱਗ ਅਲੱਗ ਮਤਲਬ ਅਲੱਗ ਅਲੱਗ ਸਟੇਜਾਂ 'ਤੇ ਪਸ਼ੂ ਨੂੰ ਅਲੱਗ ਅਲੱਗ ਪੈਂਦੇ? ਜਿਹੜਾ ਡੈਰੀ ਪਾਵਰ ਹੈ 20 ਲੀਟਰ ਤੱਕ ਆਪਣਾ ਦੁੱਧ ਜਿਹੜਾ ਪਸ਼ੂ ਦਿੰਦਾ ਆ ਜੀ ਉਹਨੂੰ ਦਈਦਾ ਆ, ਜਿਵੇਂ ਕਿ 8,000 ਆ ਇਹ ਸਾਡਾ 30 ਕਿਲੋ ਤੱਕ ਜਾਂਦਾ ਹੈਗਾ। ਠੀਕ ਹੈ ਜੀ। ਠੀਕ ਹੈ ਜੀ। ਫਿਰ 10,000 ਜਿਹੜਾ 35 ਲੀਟਰ 38 ਲੀਟਰ ਆ ਉਹਨੂੰ ਦਈਦਾ, ਉਹਨੂੰ ਦਈਦਾ। ਹਾਂਜੀ। ਕੋਈ ਡਰਾਈ ਪਸ਼ੂ ਸੂਣ ਵਾਲਾ ਉਹਦੇ ਲਈ ਕੋਈ ਅਲੱਗ ਹੈ? ਸਾਡੇ ਕੋਲ ਡਰਾਈ ਫੀਡ ਵੀ ਆਉਂਦੀ ਹੈ, ਟ੍ਰਾਂਜੀਸ਼ਨ ਫੀਡ ਵੀ ਆਉਂਦੀ ਹੈ ਜਿਹੜੀ 1 ਮਹੀਨਾ ਪਹਿਲਾਂ ਆਪਾਂ ਪਸ਼ੂ ਨੂੰ ਦਿੰਦੇ ਹਾਂ। ਟ੍ਰਾਂਜੀਸ਼ਨ ਫੀਡ ਨਾਲ ਕੀ ਫਾਇਦਾ ਹੋ ਜਾਂਦਾ? ਜੇ ਮੰਨ ਲਓ ਤੁਸੀਂ ਇੱਕ ਗੱਲ ਆਪਾਂ ਆਫ ਦਾ ਰਿਕਾਰਡ ਕਰਦੇ ਸੀ ਵੀ ਪਸ਼ੂ ਨੂੰ ਸੂਣ ਵੇਲੇ ਨਹੀਂ ਕੋਈ ਦਿੱਕਤ ਆਉਂਦੀ, ਉਹ ਕੀ ਜੇ ਟ੍ਰਾਂਜੀਸ਼ਨ ਦਾ ਇਹ ਹੁੰਦਾ ਆ ਵੀ ਡਿਕੈਡ ਦੇ ਵਿੱਚ ਆਪਾਂ ਪਸ਼ੂ ਨੂੰ ਲੈ ਕੇ ਜਾਣਾ ਹੁੰਦਾ ਆ ਸੂਣ ਤੋਂ ਪਹਿਲਾਂ ਜੀ, ਅਤੇ ਪਸ਼ੂ ਸੂੰਦਾ ਈਜ਼ਲੀ ਆ, ਜੇਰ ਵਧੀਆ ਤਰੀਕੇ ਨਾਲ ਪੈ ਜਾਂਦੀ ਆ, ਆਰਡਰ ਡਿਵੈਲਪਮੈਂਟ ਜਿਹੜੀ ਮੇਨ ਹੁੰਦੀ ਆ ਉਹ ਬਹੁਤ ਚੀਜ਼ਾਂ ਜ਼ਰੂਰੀ ਹੁੰਦੀਆਂ ਪਸ਼ੂ ਲਈ, ਉਹ ਚੀਜ਼ਾਂ ਉਹਦੇ 'ਚ ਮੈਂਟੇਨ ਕਰਦੇ ਆ ਜੀ। ਇੱਕ ਗੱਲ ਮੇਰੀ ਪੁੱਛਣ ਵਾਲੀ ਹੋਰ ਰਹਿ ਗਈ, ਕਿਉਂਕਿ ਦੇਖਣ ਵਾਲਿਆਂ ਨੂੰ ਸਿਰਫ ਲੱਗੂ ਇਹ ਗਾਵਾਂ 'ਤੇ ਕੰਮ ਕਰਦੇ ਆ, ਸੱਚੀ ਇਕੱਲੇ ਗਾਵਾਂ 'ਤੇ ਕੰਮ ਕਰਦੇ ਆਪਾਂ ਜਾਂ ਮੱਝਾਂ 'ਤੇ ਵੀ? ਮੱਝਾਂ 'ਤੇ ਨਾਲ ਮੱਝਾਂ ਦੀ ਫੀਡ ਵੀ ਲੈ ਸਕਦੇ? ਮੱਝਾਂ ਦੀ ਸਾਡੇ ਕੋਲ ਬਫ 6,000 ਆਉਂਦੀ ਆ। ਅੱਛਾ, ਉਹ ਅਲੱਗ ਤੋਂ ਆਉਂਦੀ ਆ? ਹਾਂਜੀ ਉਹ ਅਲੱਗ ਤੋਂ, ਪਰ ਗਾਵਾਂ ਵਾਲੀ ਨਹੀਂ ਮੱਝਾਂ ਨੂੰ ਪੈਂਦੀ, ਉਹ ਅਲੱਗ ਆ। ਲੋਕੀ ਪਾ ਵੀ ਦਿੰਦੇ ਆ, ਕੋਈ ਪਾ ਦਿੰਦੇ ਆ, ਪਰ ਤੁਹਾਡੇ ਵੱਲੋਂ ਅਲੱਗ ਆ? ਸਾਡੇ ਵੱਲੋਂ ਅਲੱਗ, ਤੁਹਾਡੇ ਵੱਲੋਂ ਅਲੱਗ, ਕਿਉਂਕਿ ਉਹਦੀ ਰਿਕੁਆਇਰਮੈਂਟ ਅਲੱਗ ਹੋ ਜਾਂਦੀ ਹੈ ਨਾ। ਮੱਝ ਨੂੰ ਫੈਟ ਜ਼ਿਆਦਾ ਚਾਹੀਦੀ ਹੈ, ਫੈਟ ਜ਼ਿਆਦਾ ਚਾਹੀਦੀ, ਫਾਈਬਰ ਵੀ ਜ਼ਿਆਦਾ ਚਾਹੀਦੀ ਹੈ। ਮਤਲਬ ਕਹਿਣ ਤੋਂ ਭਾਵ ਇਹ ਆ। ਅਤੇ ਮਾੜਾ ਜਿਹਾ ਜਿਹੜੇ ਸਾਰਾ ਸੇਲ ਦਾ ਕੰਮ ਦੇਖਦੇ ਬਾਈ ਹੁਣੇ ਦੇਖਦੇ? ਹਾਂਜੀ, ਇਹ ਸਾਡੇ, ਤੁਹਾਡਾ ਨਾਂ ਕੀ ਆ? ਹਰਜੀਤ ਸਿੰਘ। ਹਰਵੀਰ? ਹਰਜੀਤ ਸਿੰਘ। ਹਰਜੀਤ ਸਿੰਘ ਜੀ। ਬਾਈ ਜੇ ਕਿਸੇ ਬੰਦੇ ਨੇ ਖਰੀਦਣੀ ਆ ਜੀ ਤਾਂ ਈਜ਼ੀਲੀ ਪੰਜਾਬ ਦੇ ਵਿੱਚ ਸਾਰੇ 'ਚ ਪਹੁੰਚ ਜਾਂਦੀ ਹੈ ਜਾਂ ਕੁਛ ਏਰੀਏ ਆ ਜਾਂ ਡਿਸਟ੍ਰੀਬਿਊਟਰ ਆ, ਕਿੱਥੇ ਕਿਵੇਂ ਆ ਆਪਣਾ? ਆਲ ਓਵਰ ਪੰਜਾਬ ਹੀ ਹੈ ਜੀ, ਤਾਂ ਸਾਡੇ ਡਿਸਟ੍ਰੀਬਿਊਟਰ ਨੇ ਜੀ ਡਿਸਟ੍ਰਿਕਟ ਵਾਈਜ਼ ਜੀ, ਹਰ ਥਾਂ 'ਤੇ ਸਾਡਾ ਅਵੇਲੇਬਲ ਜਿਹੜਾ ਪ੍ਰੋਡਕਟ ਹੈਗਾ ਜੀ। ਕਿ ਜੇ ਤੁਸੀਂ ਗੁਰਦਾਸਪੁਰ ਦੀ ਗੱਲ ਕਰ ਲਓ ਉੱਥੇ ਵੀ ਸਾਡੇ ਡਿਸਟ੍ਰੀਬਿਊਟਰ ਨੇ ਅਲੱਗ ਅਲੱਗ ਏਰੀਏ ਦੇ ਵਿੱਚ। ਮਤਲਬ ਕਹਿਣ ਤੋਂ ਭਾਵ ਜਿਹੜਾ ਨੰਬਰ ਤੁਹਾਡੇ ਕੋਲ ਸਕਰੀਨ 'ਤੇ ਦਿਖਦਾ ਉਹ ਡਾਇਲ ਕਰ ਲੈਣ, ਜਿਹੜਾ ਏਰੀਆ ਸੂਟ ਕਰਦਾ ਹੋਊਗਾ ਆਪਾਂ ਉਹਦਾ ਨੰਬਰ ਬਿਲਕੁਲ ਉੱਥੋਂ ਲੈ ਸਕਦੇ।
ਠੀਕ ਹੈ ਠੀਕ ਹੈ ਠੀਕ ਹੈ। ਫਿਰ ਸਾਡਾ ਪਾਲਮਪੁਰ 'ਚ ਵੀ ਹੈ, ਹਿਮਾਚਲ 'ਚ ਵੀ ਹੈ, ਯੂਪੀ ਉੱਤਰਾਖੰਡ 'ਚ ਵੀ ਹੈ। ਠੀਕ ਹੈ, ਪੰਜਾਬ ਤਾਂ ਸਾਡਾ ਚੱਲਦਾ ਹੀ ਪਿਆ ਜੀ, ਤਾਂ ਅਸੀਂ ਆਉਣ ਵਾਲੇ ਸਮੇਂ ਲਈ ਹਰਿਆਣਾ ਵੀ ਅਤੇ ਰਾਜਸਥਾਨ ਵੀ ਐਡ ਕਰਾਂਗੇ। ਜੇ ਜੇ ਮੰਨ ਲਓ ਵੀ ਕਿਸੇ ਬੰਦੇ ਨੇ ਸੱਜਣਾ ਡਿਸਟ੍ਰੀਬਿਊਟਰ ਬਣਨਾ ਜੀ, ਤਾਂ ਬਣ ਸਕਦਾ? ਬਿਲਕੁਲ ਜੀ, ਜਿਹੜਾ ਨੰਬਰ ਹੈ ਸਾਡਾ ਉੱਤੇ ਉਸੇ 'ਤੇ ਫੋਨ ਕਰ ਲਏ, ਉਸੇ 'ਤੇ ਫੋਨ ਕਰ ਲਏ ਜੀ, ਤਾਂ ਉਹ ਅਸੀਂ ਉਹਨਾਂ ਨੂੰ ਮਿਲਾਂਗੇ ਜੀ, ਮਿਲ ਕੇ ਡਿਸਟ੍ਰੀਬਿਊਟਰ ਦੇਵਾਂਗੇ। ਔਰ ਡਾਇਰੈਕਟ ਸਾਨੂੰ ਫਾਰਮਰ ਵੀ ਕਾਲ ਕਰਦਾ ਤੇ ਉਹਦੇ ਲਈ ਵੀ ਸਾਡੇ ਜਿਹੜੇ ਲੜਕੇ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਅਸੀਂ ਉਹਨਾਂ ਦਾ ਨੰਬਰ ਦੇਵਾਂਗੇ, ਮਿਲਣਗੇ ਮਿਲਣਗੇ। ਇੱਕ ਮਾੜਾ ਜਿਹਾ ਮੈਂ ਨਾ ਥੋੜ੍ਹਾ ਜਿਹਾ ਪ੍ਰੋਡਕਟ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈ ਲਾਂ ਵੀਰੇ। ਮਤਲਬ ਜਦੋਂ ਆਪਾਂ ਸਾਰਾ ਕੁਛ ਤਾਂ ਆਪਣੇ ਘਰ ਬਣਦਾ ਨਹੀਂ, ਫਾਰਮਰ ਹਾਂ, ਪਰ ਬਹੁਤ ਕੁਛ ਤਾਂ ਮਾਰਕੀਟ 'ਚੋਂ ਖਰੀਦਣਾ ਪੈਂਦਾ, ਤਾਂ ਉਹਦੀ ਕੁਆਲਿਟੀ ਕਿਵੇਂ ਚੈੱਕ ਕਰਦੇ ਹਾਂ ਵੀ ਮਤਲਬ ਮੱਕੀ ਖਰੀਦ ਰਹੇ ਹਾਂ ਆਪਾਂ, ਚੌਲ ਖਰੀਦ ਰਹੇ ਹਾਂ, ਕਣਕ ਖਰੀਦ ਰਹੇ ਹਾਂ, ਤਾਂ ਕੀ? ਅਸੀਂ ਪਹਿਲਾਂ ਸੈਂਪਲ ਲੈਂਦੇ ਹਾਂ ਇਹਦਾ ਜੀ, ਫਿਰ ਲੈਬੋਰਟਰੀ 'ਚ ਜਾਂਦਾ ਆ ਜੀ, ਕੁਝ ਕੁ ਮਸ਼ੀਨਾਂ ਸਾਡੇ ਕੋਲ ਅਵੇਲੇਬਲ ਹੈਗੀਆਂ ਆ ਜੀ, ਜਿਹੜੀਆਂ ਅਸੀਂ ਆਪ ਹੀ ਟੈਸਟ ਕਰ ਲੈਂਦੇ ਹਾਂ ਜੀ। ਬਾਕੀ ਕਾਫੀ ਟਾਈਮ ਦਾ ਤਜਰਬਾ ਹੋ ਗਿਆ ਆ, ਹੁਣ ਪਤਾ ਲੱਗ ਜਾਂਦਾ ਦੇਖ ਕੇ, ਵੀ ਹੁਣ ਵੇਖ ਕੇ ਹੱਥ ਚੱਕ ਕੇ ਵੀ ਦੇਖ ਕੇ ਪਤਾ ਲੱਗ ਜਾਂਦਾ ਹਾਂਜੀ, ਵੀ ਜਿਹੜਾ ਸਾਡੇ ਦਾਣੇ ਦੇ ਵਿੱਚ ਪਸ਼ੂਆਂ ਨੇ ਖਾਣਾ ਤੇ ਉਹ ਕਿਹੋ ਜਿਹੀ ਚੀਜ਼ ਆ। ਮੈਂ ਸਭ ਤੋਂ ਪਹਿਲਾਂ ਸ਼ੁਰੂ 'ਚ ਵੀ ਇੱਕ ਗੱਲ ਕਹਿ ਚੁੱਕਿਆ ਵੀਡੀਓ ਦੇ ਵਿੱਚ ਕਿ ਅਸਲ ਦੇ ਵਿੱਚ ਸਹੀ ਬਿਜ਼ਨਸਮੈਨ ਉਹੀ ਆ ਕਿ ਜਿਹੜਾ ਖਰੀਦਦਾਰਾਂ ਨੂੰ ਮਾਰੇ ਨਾ। ਜੇ ਅਸੀਂ ਖਰੀਦਦਾਰ ਮਾਰ ਲਿਆ ਤਾਂ ਫਿਰ ਸਾਡਾ ਜਿਹੜਾ ਬਿਜ਼ਨਸ ਆ ਉਹ ਬਹੁਤਾ ਦੇਰ ਨਹੀਂ ਚੱਲਦਾ। ਜੇ ਉਹਨੂੰ ਵੱਡਾ ਕਰਨ ਦੀ ਸਾਡੀ ਹਸਰਤ ਆ ਤਾਂ ਬਸ ਉਹਦੇ 'ਚ ਇੱਕੋ ਹੀ ਚੀਜ਼ ਆ ਕਿ ਤੁਸੀਂ ਆਪਣੇ ਫਾਰਮਰ ਨੂੰ ਕਦੇ ਵੀ ਮਾਰੋ ਨਾ, ਉਹਦੀ ਜਿਹੜੀ ਪ੍ਰੋਡਕਟ 'ਤੇ ਕੋਸਟ ਪੈ ਰਹੀ ਆ ਉਹ ਆਮਦਨ ਤੋਂ ਵੱਡੀ ਨਾ ਹੋ ਜੇ। ਬਿਲਕੁਲ, ਤਾਂ ਇਹ ਮੁੰਡੇ ਨਵੇਂ ਆ ਤਾਂ ਇਹ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਧਿਆਨ 'ਚ ਰੱਖਦੇ ਕਿਉਂਕਿ ਖੁਦ ਫਾਰਮਰ ਹੈ। ਜੇ ਕੋਈ ਵੀ ਸੱਜਣ, ਮਤਲਬ ਮੈਂ ਫੀਡ ਦੀ ਐਡ ਕਰਨ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ, ਮੈਂ ਅਰਸ਼ ਨੂੰ ਵੀ ਇੱਕ ਗੱਲ ਦੱਸੀ, ਮੈਂ ਕਿਹਾ ਤੁਹਾਡੀ ਡੇਟ ਬੁੱਕ ਹੋ ਗਈ, ਬਟ ਮੈਂ ਤੁਹਾਡੇ ਬਾਰੇ ਪਹਿਲਾਂ ਪਤਾ ਕੀਤਾ ਕਿ ਹਾਂ ਯਾਰ ਵਾਕਈ ਬੰਦਿਆਂ 'ਚ ਕੋਈ ਕ੍ਰੈਡੀਬਿਲਟੀ ਹੈਗੀ ਆ ਯਾਰ। ਪਸ਼ੂਆਂ ਨੇ ਖਾਣੀ ਆ, ਅਣਜਾਣ ਉਹ ਜਾਨਵਰ ਨੇ ਖਾਣੀ ਆ ਜਿਹਨੂੰ ਆਪਾਂ ਬੇਜਵਾਨ ਕਹਿ ਦਿੰਦੇ ਹੁੰਦੇ ਹਾਂ, ਤਾਂ ਉਹ ਬੇਜਵਾਨੇ ਨੇ ਖਾਣੀ ਆ। ਜੇ ਉਹਨੇ ਮਾੜੀ ਖਾਧੀ, ਜੇ ਤੁਸੀਂ ਉਹਦੀ ਫੀਡ 'ਚੋਂ ਚੱਕ ਕੇ ਖਾ ਨਹੀਂ ਸਕਦੇ, ਬਿਲਕੁਲ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਪਾਪ ਕਰ ਰਹੇ ਹਾਂ। ਮਤਲਬ ਕਹਿਣ ਤੋਂ ਭਾਵ ਇਹ ਆ ਕਿਉਂਕਿ ਖਾਣਾ ਆਫਟਰ ਆਲ ਸਾਡੇ ਬੱਚਿਆਂ ਦੇ ਢਿੱਡ 'ਚ ਹੀ ਆਉਣਾ। ਬਿਲਕੁਲ ਜੀ, ਜਿਹੜੀ ਚੀਜ਼ ਹੈਗੀ ਆ ਤਾਂ ਇਹ ਚੰਗੀ ਚੀਜ਼ ਬਣਾਉਂਦੇ ਆ ਸੱਜਣੋ। ਜੇ ਕੋਈ ਵੀ ਸੱਜਣ ਬਾਈ ਹੁਣਾਂ ਦਾ ਪ੍ਰੋਡਕਟ ਕੋਈ ਵੀ ਖਰੀਦਣਾ ਚਾਹੁੰਦਾ ਤਾਂ ਅਸਲੀ ਪ੍ਰੋਡਕਟ ਤਾਂ ਤੁਹਾਨੂੰ ਸਲਾਹ ਤੁਹਾਡੇ ਪਸ਼ੂ ਦੇ ਹਿਸਾਬ ਨਾਲ, ਤੁਹਾਡੇ ਏਰੀਏ ਦੇ ਹਿਸਾਬ ਨਾਲ, ਤੁਹਾਡੀ ਰੁੱਤ ਦੇ ਹਿਸਾਬ ਨਾਲ, ਤੁਹਾਡੇ ਪਸ਼ੂ ਗੱਬਣ ਆ ਫੰਡਰ ਆ ਉਸ ਹਿਸਾਬ ਨਾਲ ਹੀ ਸਹੀ ਪ੍ਰੋਡਕਟ ਆ ਜਿਹੜਾ ਰਿਕਮੈਂਡ ਹੋਣਾ। ਬਾਈ ਹੁਣਾਂ ਨੂੰ ਤੁਸੀਂ ਫੋਨ ਕਰ ਲਓ, ਤੁਹਾਨੂੰ ਸਾਰੀ ਸਲਾਹ ਦੇਣਗੇ। ਜਿਉਂਦੇ ਰਹੋ।